ਤੁਸੀਂ ਵੇਖ ਰਹੇ ਹੋ ਦਾ ਪੰਜਾਬ ਪ੍ਰੈਸ ਤੇ ਮੈਂ ਤੁਹਾਡਾ ਆਪਣਾ ਰਕੇਸ਼ ਭਾਰਦਵਾਜ। ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਸੜਕਾਂ ਦੇ ਨਵ ਨਿਰਮਾਣ ਜਿਸ ਵਿੱਚ ਲੁੱਕ ਅਤੇ ਟਾਈਲਾਂ ਨਾਲ ਬਣਨ ਵਾਲੀਆਂ ਸੜਕਾਂ ਸ਼ਾਮਲ ਹਨ ਉਸ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸੰਨੀ ਇਨਕਲੇਵ ਦੇ ਖੇਤਰ ਵਿੱਚ ਵਾਰਡ ਨੰਬਰ 1, 23, 24 ਅਤੇ 25 ਨੂੰ ਕਵਰ ਕਰਦੇ ਕੁੱਲ 8 ਕਰੋੜ ਦੀ ਲਾਗਤ ਦੇ ਨਾਲ ਸੜਕਾਂ ਦੀ ਕੁੱਲ ਲੰਬਾਈ ਲਗਭਗ 22 ਕਿਲੋਮੀਟਰ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ। ਵਿਧਾਇਕ ਮਾਨ ਨੇ ਕਿਹਾ ਕਿ ਸੜਕਾਂ ਦੀ ਰਿਪੇਅਰਿੰਗ ਦਾ ਕੰਮ 15 ਦਿਨ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ, ਜਦਕਿ ਕੰਕਰੀਟ ਦੀਆਂ ਟਾਈਲਾਂ ਦਾ ਕੰਮ ਪੂਰਾ ਹੋਣ ਦੇ ਵਿੱਚ 3 ਤੋਂ 4 ਮਹੀਨੇ ਲੱਗ ਸਕਦੇ ਹਨ। ਦੋ ਸਭ ਤੋਂ ਮਹੱਤਵਪੂਰਨ ਸੜਕਾਂ ਹਸਪਤਾਲ ਰੋਡ ਅਤੇ ਰੰਧਾਵਾ ਰੋਡ, ਜੋ ਕਿ ਲੁਧਿਆਣਾ ਰੋਡ ਨਾਲ ਜੁੜਦੀ ਹੈ, ਉਸ ਨੂੰ ਜ਼ਿਕਰ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੜਕਾਂ ਲੰਮੇ ਸਮੇਂ ਤੋਂ ਮੁਰੰਮਤ ਉਡੀਕਦੀਆਂ ਸਨ ਅਤੇ ਹੁਣ ਇਹਨਾਂ ਸੜਕਾਂ 'ਤੇ ਆਉਣਾ ਜਾਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਰਪਨ ਸਿਟੀ ਅਤੇ ਰਣਜੀਤ ਨਗਰ ਡੰਪ ਤੋਂ ਕੂੜੇ ਦੇ ਢੇਰ ਨੂੰ ਹਟਾਉਣ ਦੇ ਲਈ ਇੱਕ ਹੋਰ ਅਹਿਮ ਮੰਗ ਪੂਰੀ ਹੋ ਗਈ ਹੈ। 4.25 ਕਰੋੜ ਰੁਪਏ ਦੀ ਲਾਗਤ ਦੇ ਨਾਲ 1 ਸਾਲ ਦੇ ਵਿੱਚ ਕੰਮ ਨਿਪਟਾਉਣ ਦੇ ਲਈ ਫਰਮ ਨੂੰ ਇੱਕ ਟੈਂਡਰ ਦੇ ਦਿੱਤਾ ਗਿਆ ਹੈ। ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਜਲ ਸਪਲਾਈ ਪ੍ਰੋਜੈਕਟ, ਸੀਵਰੇਜ ਪ੍ਰੋਜੈਕਟ ਦੇ ਰੋਡ ਨੈੱਟਵਰਕ ਪ੍ਰੋਜੈਕਟ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਬਾਅਦ ਬੱਸ ਸਟੈਂਡ ਦੀ ਆਖਰੀ ਪਰ ਸਭ ਤੋਂ ਅਹਿਮ ਮੰਗ ਵੀ ਸਰਕਾਰ ਨੂੰ ਜਲਦੀ ਅਮਲਜਾਮਾ ਪਹੁੰਚਾਉਣ ਜਾ ਰਹੀ ਹੈ, ਕਿਉਂਕਿ ਇਸ ਸੰਬੰਧੀ ਰਸਮੀ ਕਾਰਵਾਈਆਂ ਜੰਗੀ ਪੱਧਰ 'ਤੇ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਦੇ ਨਾਲ ਖਰੜ ਨੂੰ ਇੱਕ ਸੁੰਦਰ ਅਤੇ ਪੂਰੀ ਤਰ੍ਹਾਂ ਵਿਕਸਿਤ ਸ਼ਹਿਰ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਜ਼ਿਕਰਯੋਗ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਕੂੜਾ ਡੰਪ ਦੇ ਕਾਰਨ ਦਰਪਨ ਸਿਟੀ ਅਤੇ ਉਹਦੇ ਲਾਗੇ ਦੀਆਂ ਕਈ ਕਲੋਨੀਆਂ ਦੇ ਲੋਕ ਕਾਫੀ ਸਾਲਾਂ ਤੋਂ ਪਰੇਸ਼ਾਨ ਸਨ, ਬਟ ਅੱਜ ਲੋਕਾਂ ਨੂੰ ਕੁਛ ਉਮੀਦ ਦੀ ਕਿਰਨ ਜਾਗੀ ਹੈ ਜਦੋਂ ਖਰੜ ਤੋਂ ਹਲਕਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਨੇ ਆ ਕੇ ਇਸ ਕੰਪਨੀ ਨੂੰ ਟੈਂਡਰ ਦੇ ਵਾਸਤੇ ਨੀਂਹ ਪੱਥਰ ਰੱਖਿਆ ਅਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਇੱਕ ਉਮੀਦ ਜਾਗੀ ਹੈ ਕਿ ਚਲੋ ਦੇਰ ਆਏ ਦਰੁਸਤ ਆਏ, ਕਿਉਂਕਿ ਤੁਸੀਂ ਦੇਖਿਆ ਹੋਏਗਾ ਕਿ ਇਸ ਡੰਪਿੰਗ ਗਰਾਊਂਡ ਦੇ ਕੋਲ ਲੋਕ ਲੱਖਾਂ ਕਰੋੜਾਂ ਰੁਪਏ ਲਗਾ ਕੇ ਆਪਣੇ ਅਸ਼ਿਆਨੇ ਬਣਾ ਚੁੱਕੇ ਹਨ, ਪਰ ਜਦੋਂ ਸਰਕਾਰਾਂ ਵੱਲੋਂ ਇਸ 'ਤੇ ਕੋਈ ਨਹੀਂ ਕਾਰਵਾਈ ਕੀਤੀ ਗਈ ਤਾਂ ਲੋਕ ਆਪਣੇ ਘਰ ਵੇਚਣ ਨੂੰ ਮਜਬੂਰ ਹੋ ਗਏ ਸਨ। ਬਟ ਹੁਣ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਲੋਕਾਂ ਦੇ ਵਿੱਚ ਹੁਣ ਕੁਛ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਆਪਣੇ ਹਲਕਾ ਵਿਧਾਇਕ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਕਾਫੀ ਉਮੀਦ ਜਾਗੀ ਹੈ ਅਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੀ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੋਵੇਗੀ। ਖਰੜ ਤੋਂ ਰਕੇਸ਼ ਭਾਰਦਵਾਜ ਦੀ ਖਾਸ ਰਿਪੋਰਟ ਦਾ ਪੰਜਾਬ ਪ੍ਰੈਸ। ਰਾਮ ਸਰੂਪ ਜੀ, ਅੱਜ MLA ਅਨਮੋਲ ਗਗਨ ਮਾਨ ਜੀ ਖਰੜ ਦੇ ਵਿੱਚ ਆਏ ਨੇ ਸੰਨੀ ਇਨਕਲੇਵ ਦੇ ਵਿੱਚ ਅਤੇ ਦਰਪਨ ਸਿਟੀ ਦੇ ਵਿੱਚ। ਪਿਛਲੇ ਕਈ ਵਰ੍ਹਿਆਂ ਤੋਂ ਇਹ ਕੰਮ ਬੜਾ ਰੁਕਿਆ ਹੋਇਆ ਸੀਗਾ, ਤਾਂ ਅੱਜ ਉਹਦੇ ਪਹੁੰਚੇ ਹਾਂ ਤਾਂ ਤੁਸੀਂ ਮਿਲੇ ਹੈ ਅਤੇ ਲੋਕਾਂ ਨੂੰ ਮੈਡਮ ਨੇ ਕੀ ਕਿਹਾ ਹੈ ਤਾਂ ਕੁਝ ਦੱਸੋ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ MLA ਸਾਹਿਬ ਦਾ ਧੰਨਵਾਦ ਕਰਦੇ ਹਾਂ ਅਤੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕੰਮ ਸਾਡੇ ਕੋਲ ਰੁਕੇ ਪਏ ਸੀ, ਜਿਹੜੇ ਕਿ ਅੱਜ ਸਾਡੀ MLA ਅਨਮੋਲ ਗਗਨ ਮਾਨ ਜੀ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਆ। ਵੈਸੇ ਪਿਛਲੇ ਹਫ਼ਤੇ ਵੀ ਉਹਨਾਂ ਨੇ ਆਪਣੇ ਵਾਰਡ ਨੰਬਰ 12 ਵਿੱਚ ਵੀ 8 ਟੁਕਲਾ ਉਦਘਾਟਨ ਕੀਤਾ ਸੀਗਾ ਅਤੇ ਬਹੁਤ ਵਧੀਆ ਰਿਸਪੋਂਸ ਆ ਰਿਹਾ ਅਤੇ ਅੱਜ ਵੀ ਪਹਿਲਾਂ ਸੰਨੀ ਇਨਕਲੇਵ ਵਿੱਚ ਇੱਕ ਲੋਕਾਂ ਦੀ ਸੜਕ ਦਾ ਉਦਘਾਟਨ ਕੀਤਾ, ਉਸ ਤੋਂ ਬਾਅਦ ਹੁਣ ਜਿੱਦਾਂ ਦਰਪਣ ਗਰਾਊਂਡ ਇੱਥੇ ਹੈ ਨਾ, ਮਤਲਬ ਜਿੱਥੇ ਕੂੜੇ ਦੇ ਇੰਨੇ ਢੇਰ ਲੱਗੇ ਪਏ ਸੀ, ਕਾਫੀ ਟਾਈਮ ਤੋਂ ਕਿੰਨੀਆਂ ਸਰਕਾਰਾਂ ਆਈਆਂ ਸਭ ਨੇ ਦੇਖ ਲਿਆ, ਪਈ ਹਰੇਕ ਨੂੰ ਲੋਕਾਂ ਨੇ ਕਹਿ ਕੇ ਦੇ ਲਾ, ਪਰੰਤੂ ਕਿਸੇ ਕੋਲੋਂ ਕੋਈ ਹੱਲ ਨਹੀਂ ਹੋਇਆ। ਪਰੰਤੂ ਇੱਥੇ ਹੁਣ ਇਹਨਾਂ ਨੇ ਸਾਡੀ ਅਨਮੋਲ ਗਗਨ ਮਾਨ ਦੀ ਮਤਲਬ ਇਹਦੇ ਮਿਹਨਤ ਸਦਕਾ ਜਿਹੜਾ ਇੱਥੇ ਦਰਪਨ ਗਰਾਊਂਡ ਵਿੱਚ ਇੱਕ ਇਹੋ ਜਿਹਾ ਇਹਨਾਂ ਨੇ ਸਿਸਟਮ ਸੈੱਟ ਕੀਤਾ, ਕੰਪਨੀ ਨਾਲ ਟਾਈਲ ਕੀਤਾ, ਜਿਹੜਾ ਕਿ ਜਿੰਨਾ ਇੱਥੇ ਕੂੜਾ ਉਹ ਸਾਰਾ ਹੌਲੀ ਹੌਲੀ ਸਾਰੇ ਉਹਨੂੰ ਗ੍ਰੈਂਡ ਕਰਕੇ ਇੱਕ ਉਹਦੀ ਖਾਦ ਬਣਾ ਕੇ ਉਹ ਕੰਪਨੀ ਆਪੇ ਚੱਕ ਕੇ ਲਿਜਾਏਗੀ। ਤਕਰੀਬਨ ਉਹ 6 ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਇੱਥੋਂ ਇਹ ਕੂੜਾ ਜਿੰਨਾ ਨਾ ਉਹ ਚੱਕਿਆ ਜਾਏ ਅਤੇ ਜੋ ਨਵਾਂ ਕੂੜਾ ਆ ਰਿਹਾ ਉਸਨੂੰ ਉਹ ਪਹਿਲਾਂ ਹੀ ਇਹ ਕਿਸੇ ਖਾਦ ਬਣਾ ਰਹੇ ਆ ਅਤੇ ਕਿਸੇ ਨੂੰ ਉਹਦੀ ਰੋਲੇ ਕਰਕੇ ਉਸੇ ਕੰਪਨੀ ਨੂੰ ਉਹ ਵਾਰ ਵਾਰ ਚੁਕਾਇਆ ਜਾ ਰਿਹਾ।
ਮੋਬਾਈਲ ਹਟਾਓ ਭਾਜੀ ਕੈਮਰੇ ਸੇ ਕਰਨਾ ਤੁਹਾਨੂੰ ਆਪ ਨੀਚੇ ਕਰੋ ਮੋਬਾਈਲ ਸੜਕਾਂ ਬਣਾ ਰਹੇ ਜਿਨ੍ਹਾਂ ਤੇ 8 ਕਰੋੜ ਦੀ ਲਾਗਤ ਆਉਣੀ ਹੈ ਟਾਈਲਾਂ ਵਾਲੀਆਂ ਸੜਕਾਂ ਨੇ 4-4.25 ਕਰੋੜ ਦੀ ਜਿਹੜੀ ਅਸੀਂ ਲਾਗਤ ਨਾਲ ਬਣਾ ਰਹੇ ਹਾਂ ਉਹ 2-2.5 ਮਹੀਨਿਆਂ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਸੋ ਮੈਂ ਇੱਕ ਹਸਪਤਾਲ ਰੋਡ ਤੋਂ ਸਭ ਤੋਂ ਵੱਡੀ ਸੜਕ ਹੈ ਅਤੇ ਰੰਧਾਵਾ ਰੋਡ ਤੋਂ ਜਿਹੜੀ ਅੱਗੇ ਲੁਧਿਆਣੇ ਨਾਲ ਜੋੜਦੀ ਹੈ ਇਹਦੇ ਨਾਲ ਕਾਫੀ ਜਿਹੜਾ ਲੋਕਾਂ ਨੂੰ ਸੌਖਾ ਹੋਣਾ ਉੱਥੇ ਵੱਡੀ ਦਿੱਕਤ ਹੈ ਕਿ ਮੇਰੇ ਸ਼ਹਿਰ ਦੇ ਲੋਕ ਜਾਣਦੇ ਨੇ ਖਰੜ ਵਾਲੇ ਲੋਕ ਜਾਣਦੇ ਆ ਵੀ ਸੜਕਾਂ ਟੁੱਟੀਆਂ ਹੋਣ ਕਰਕੇ ਕਿੰਨੀਆਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਸੀ ਅਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਵਾਅਦਾ ਕੀਤਾ ਸੀ ਵੀ ਆਉਣ ਵਾਲੇ 1 ਸਾਲ ਵਿੱਚ ਇਹੋ ਜਿਹੀ ਸੜਕ ਖਰੜ ਸ਼ਹਿਰ ਦੀ ਕੋਈ ਸੜਕ ਨਹੀਂ ਹੋਣੀ ਜਿਹੜੀ ਕੱਚੀ ਜਾਂ ਤੁਹਾਨੂੰ ਟੁੱਟੀ ਹੋਈ ਮਿਲਣੀ ਹੈ ਉਹਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ 15 ਦਿਨਾਂ ਦੇ ਵਿੱਚ ਜਿਹੜੀਆਂ ਲੁੱਕ ਵਾਲੀਆਂ ਸੜਕਾਂ ਪੂਰੀਆਂ ਕਰ ਦੇਵਾਂਗੇ ਅਤੇ ਇਹ ਹੋ ਰਹੀ ਹੈ ਸਨੀ ਇਨਕਲੇਵ ਜਿੰਨਾ ਏਰੀਆ ਸਾਡੇ MC ਅੰਡਰ ਆਉਂਦਾ ਹੈ ਇਸ ਤੋਂ ਬਿਨਾਂ ਵਾਰਡ ਨੰਬਰ 1, 23, 24 ਅਤੇ 25 ਦੀਆਂ ਸੜਕਾਂ ਅਤੇ ਇਹਨਾਂ ਵਿੱਚ ਲੁੱਕ ਅਤੇ ਟਾਈਲਾਂ ਵਾਲੀਆਂ ਸੜਕਾਂ ਦਾ ਜਿਹੜਾ ਕੰਮ ਆ ਉਹ ਜਲਦੀ ਕੰਪਲੀਟ ਹੋ ਜਾਣਾ ਇਸ ਤੋਂ ਬਿਨਾਂ ਅਸੀਂ ਦਰਪਨ ਸਿਟੀ ਦੇ ਵਿੱਚ ਰਣਜੀਤ ਨਗਰ ਵੀ ਨਾਲ ਲੱਗਦਾ ਉੱਥੇ ਸਾਰਿਆਂ ਨੂੰ ਪਤਾ ਵੀ ਡੰਪ ਦੀ ਬਹੁਤ ਵੱਡੀ ਸਮੱਸਿਆ ਹੈ ਲਗਾਤਾਰ ਜਿਹੜਾ MC ਹੈ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ ਪਰ ਇਹ ਕਿਤੇ ਨਾ ਕਿਤੇ 2 ਸਾਲਾਂ ਦੇ ਵਿੱਚ ਇਹਨਾਂ ਨੂੰ ਉਨੀ ਕਾਮਯਾਬੀ ਨਹੀਂ ਮਿਲੀ ਬਟ ਅਸੀਂ 4.25 ਕਰੋੜ ਰੁਪਏ ਦਾ ਜਿਹੜਾ ਇੱਕ ਕੰਪਨੀ ਨੂੰ ਜ਼ਿੰਮੇਵਾਰੀ ਹੁਣ ਦਿੱਤੀ ਹੈ 1 ਸਾਲ ਦੇ ਅੰਦਰ ਅੰਦਰ ਜਿਹੜਾ ਦਰਪਣ ਵਾਲਾ ਕੂੜੇ ਦਾ ਢੇਰ ਹੈ ਜਿਹਦੇ ਨਾਲ ਕਈ ਵਾਰਡਾਂ ਨੂੰ ਪ੍ਰੋਬਲਮ ਹੈ ਬੜਾ ਵੱਡਾ ਢੇਰ ਹੈ 1 ਸਾਲ ਦੇ ਅੰਦਰ ਅਸੀਂ ਉਹ ਜਿਹੜਾ ਡੰਪ ਹੈ ਪੂਰੇ ਤਰੀਕੇ ਨਾਲ ਸ਼ਹਿਰ ਵਿੱਚੋਂ ਸਾਫ਼ ਕਰਕੇ ਕੂੜਾ ਰਹਿਤ ਜਿਹੜਾ ਸਾਰਾ ਨਜਾਤ ਦਵਾਵਾਂਗੇ ਏਰੀਏ ਦੇ ਲੋਕਾਂ ਨੂੰ ਅਤੇ ਜਿਹੜੀਆਂ ਸੜਕਾਂ ਨੇ ਸਾਡੀ ਹੁਣ ਇੱਕ ਸ਼ੁਰੂਆਤ ਅਸੀਂ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਸਿਰ ਬਾਕੀ ਵੀ ਜਿਹੜੀਆਂ ਵਾਰਡਾਂ 'ਚ ਸੜਕਾਂ ਨੇ ਉਹਨਾਂ ਦਾ ਕੰਮ ਅਸੀਂ ਨਾਲ ਨਾਲ ਸ਼ੁਰੂ ਕਰ ਮੈਮ ਥੋੜ੍ਹੇ ਦਿਨ ਪਹਿਲੇ ਵੀ ਤੁਸੀਂ ਅਜੇ ਟਿਊਬਵੈੱਲਾਂ ਦਾ ਉਦਘਾਟਨ ਕੀਤਾ ਸੀਗਾ ਅੱਜ ਸੜਕੀ ਦਾ ਉਦਘਾਟਨ ਕਰ ਰਹੇ ਹੋ ਖਰੜ ਦੇ ਵਿੱਚ ਤਾਂ ਇਸ ਤੋਂ ਇਲਾਵਾ ਹੋਰ ਕੀ ਪ੍ਰੋਜੈਕਟ ਨੇ ਜਿਹੜੇ ਖਰੜ ਦੇ ਰਹਿ ਗਏ ਨੇ ਜਿਹੜੇ ਕਰਾਉਣ ਵਾਲੇ ਨੇ ਦੇਖੋ ਖਰੜ ਸ਼ਹਿਰ ਦਾ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਮੈਂ ਦੱਸਿਆ ਕਿ ਸੀਵਰੇਜ ਦਾ ਅਸੀਂ ਸਮੱਸਿਆ ਹੱਲ ਆਲਰੇਡੀ ਕਰ ਦਿੱਤੀ ਹੈ ਜਿਹਦਾ ਕੰਮ ਚੱਲ ਰਿਹਾ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਹੈ ਕਚੌਲੀ ਵਾਟਰ ਆ ਗਿਆ ਉਹਦੇ ਵੀ ਕੰਮ ਚੱਲ ਰਿਹਾ ਉਹਦੀਆਂ ਪਾਈਪਾਂ ਪੈਣੀਆਂ ਟੈਂਡਰ ਉਹਦੇ ਲੱਗ ਰਹੇ ਹੈ ਸੋ ਇਸ ਤੋਂ ਬਿਨਾਂ ਇੱਕ ਖਰੜ ਸ਼ਹਿਰ ਦੀ ਬਹੁਤ ਵੱਡੀ ਮੰਗ ਹੈ ਬੱਸ ਸਟੈਂਡ ਸੋ ਇਹ ਵੀ ਇੱਕ ਵੱਡਾ ਮੁੱਦਾ ਹੈ ਬੱਸ ਸਟੈਂਡ ਵਾਲੀ ਖੁਸ਼ਖਬਰੀ ਵੀ ਮੈਂ ਯਕੀਨ ਦਿਵਾਉਣੀ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਬਾਕੀ ਕੰਮ ਕਰਵਾ ਰਹੀ ਹਾਂ ਬੱਸ ਸਟੈਂਡ ਵਾਲੀ ਖੁਸ਼ਖਬਰੀ ਵੀ ਜਲਦੀ ਆ ਜਾਣੀ ਹੈ ਦੇਖੋ ਸ਼ਹਿਰ ਦੀਆਂ ਮੁਸ਼ਕਲਾਂ ਨੇ ਪੀਣ ਵਾਲਾ ਪਾਣੀ ਸੀਵਰੇਜ ਸੜਕਾਂ ਅਤੇ ਇੱਕ ਉਹਨਾਂ ਨੂੰ ਬੱਸ ਸਟੈਂਡ ਚਾਹੀਦਾ ਇਹ ਕੋਈ ਛੋਟੀਆਂ ਨਹੀਂ ਇਹ ਲੰਬੇ ਸਮੇਂ ਦੀਆਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਨੇ ਕਿ ਕਿਸੇ ਵੀ MLA ਨੂੰ ਦੁਬਾਰਾ ਵੋਟਾਂ ਮੰਗਣ ਦਾ ਹੱਕ ਉਦੋਂ ਹੀ ਹੁੰਦਾ ਜਦੋਂ ਉਹ ਇਹ ਸਾਰੇ ਕੰਮ ਜੇ ਪੋਸੀਬਲ ਨੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਕਰਵਾ ਦੇਵੇ ਮੈਂ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਹਾਂ ਵੀ ਮੈਂ ਆਪ ਧਿਆਨ ਰੱਖ ਰਹੀ ਹਾਂ ਵੀ ਜਿਹੜਾ ਸਾਡਾ ਮਿਊਂਸੀਪਲ ਕਮੇਟੀ ਦਾ ਪੈਸਾ ਹੈ ਉਹ ਇਮਾਨਦਾਰੀ ਨਾਲ ਲੱਗੇ ਸਹੀ ਜਗ੍ਹਾ ਉੱਤੇ ਲੱਗੇ ਤੁਹਾਡੇ ਸਾਰੇ ਕੰਮ ਹੋਣ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਕਈ ਕਹਿ ਦਿੰਦੇ ਆ ਵੀ MC ਦਾ ਪੈਸਾ ਲੋਕਾਂ ਦਾ ਹੁੰਦਾ ਸਰਕਾਰ ਕੋਲੋਂ ਜਿਹੜਾ ਪੈਸਾ ਹੁੰਦਾ ਉਹ ਵੀ ਲੋਕਾਂ ਦਾ ਹੀ ਹੁੰਦਾ ਸਾਰਾ ਪੈਸਾ ਲੋਕਾਂ ਦਾ ਮੁੱਦਾ ਇਹ ਹੁੰਦਾ ਵੀ ਉਹਨੂੰ ਸਹੀ ਤਰੀਕੇ ਨਾਲ ਲਾਇਆ ਜਾਵੇ ਅਤੇ ਇਮਾਨਦਾਰੀ ਨਾਲ ਲਾਇਆ ਜਾਵੇ ਸੋ ਸਾਡੇ ਬਹੁਤ ਸਾਰੇ MC ਸਾਹਿਬਾਨ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਨੇ ਸਾਡੇ ਨਾਲ ਨਹੀਂ ਖੜਨਾ ਸੋ ਜਿਹੜੇ ਵੀ ਕੰਮ ਕਰਨਾ ਚਾਹੁੰਦੇ ਨੇ ਜਿੰਨੇ ਵੀ MC ਸਾਹਿਬਾਨ ਨੇ ਅਸੀਂ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਸਟਾਈਲ ਕੀ ਹੈ ਮੈਨੂੰ ਸਿਰਫ ਕੰਮ ਚਾਹੀਦਾ ਲੋਕਾਂ ਵੱਲੋਂ ਮੈਨੂੰ ਕੰਪਲੇਂਟ ਨਹੀਂ ਚਾਹੀਦੀ ਮੈਨੂੰ ਖਰੜ ਸ਼ਹਿਰ ਦਾ ਵਿਕਾਸ ਚਾਹੀਦਾ ਅਤੇ ਜਿਹੜੇ ਵੀ ਕੰਮ ਕਰਨਾ ਚਾਹੁੰਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਜਿਨ੍ਹਾਂ ਦੇ ਅੰਦਰ ਕੰਮ ਕਰਨ ਦੀ ਇੱਛਾ ਆਪਾਂ ਰਲ ਮਿਲ ਕੇ ਕੰਮ ਕਰ ਸਕਦੇ ਐਸਟੀਪੀ ਕੀ ਪੋਜੀਸ਼ਨ ਹੈ ਮੈਡਮ ਸੀਵਰੇਜ ਓਵਰਫਲੋ ਲਗਾਤਾਰ ਹੋ ਰਿਹਾ ਹੈ ਐਸਟੀਪੀ ਮੈਂ ਤੁਹਾਨੂੰ ਪਿਛਲੇ ਵੀਰ ਜੀ ਪਿਛਲੀ ਕਾਨਫਰੰਸ ਦੇ ਵਿੱਚ ਦੱਸਿਆ ਸੀਗਾ ਕਿ ਐਸਟੀਪੀ ਉੱਤੇ ਕੰਮ ਚੱਲ ਰਿਹਾ ਆਲਰੇਡੀ ਖਾਨਪੁਰ ਵਾਲੇ ਤੇ ਕਾਫੀ ਸੜਕਾਂ ਆਪਣੀਆਂ ਤੁਸੀਂ ਦੇਖੀਆਂ ਹੋਣੀਆਂ ਵੀ ਜਗ੍ਹਾ ਜਗ੍ਹਾ ਤੋਂ ਪੱਟੀਆਂ ਵੀ ਹੋਈਆਂ ਨੇ ਵੱਡੀਆਂ ਪਾਈਪਾਂ ਪੈ ਰਹੀਆਂ ਨੇ ਬਹੁਤ ਪੁਰਾਣਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਇਹ ਤੇ 30 ਕਰੋੜ ਰੁਪਏ ਦੀ ਲਾਗਤ ਨਾਲ ਆਪਾਂ ਵੱਡੀਆਂ ਪਾਈਪਾਂ ਪਾ ਰਹੇ ਆ ਤੇ ਥੋੜਾ ਟਾਈਮ ਲੱਗੂਗਾ ਪਰ ਜਦੋਂ ਪੈ ਗਈਆਂ ਫਿਰ ਜਿਹੜੀ ਮੁਸ਼ਕਲ ਉਹ ਪੱਕੇ ਤੌਰ ਉੱਤੇ ਹੱਲ ਹੋ ਜੂਗੀ ਥੋੜਾ ਜਿਹਾ ਸਮਾਂ ਦਿਓ ਅਧਿਕਾਰੀ ਆਪਣਾ ਕੰਮ ਕਰ ਰਹੇ ਨੇ ਈਓ ਸਾਹਿਬ ਅੱਛੇ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਮੈਡਮ ਜਿਹੜੀ ਲਾਂਡਰਾ ਰੋਡ ਦੇ ਉੱਤੇ ਨਾਲੇ ਬਣੇ ਹੋਏ ਆ ਤੇ ਉਹਨਾਂ ਦੇ ਵੀ ਸੀਵਰੇਜ ਦੇ ਪਾਣੀ ਤੇ ਗੰਦੇ ਪਾਣੀ ਘੇਰਿਆ ਜਾਂਦਾ ਅੱਜ ਤੱਕ ਕਦੇ ਉਹਨਾਂ ਬਾਰੇ ਕੋਈ ਕਾਰਵਾਈ ਨਹੀਂ ਹੋਈ ਸਾਰੀਆਂ ਚੀਜ਼ਾਂ ਉੱਤੇ ਇੱਕ ਇੱਕ ਕਰਕੇ
जिन्निया ध्यान च आ रही ने कोई नाला बनिया होया कि कोई जरूरत आ सारिया चीजा के मुश्किलों के हल कढ लवेंगे। कोई मुश्किल शहर में ऐसी नहीं जिदा हल नहीं किया जा सकता क्योंकि पैसे की कमी पहले दिन तो शहर को बस खाण वाले जड़े बहुत ज़्यादा से शहर उत्ते लगता नहीं सी खाधा ज़्यादा जाता सी वो खाना बंद करके हुण शहर ते पैसा लगा रहे हैं ते मेरा पूरा ध्यान खरड़ उत्ते है ते जिम्मेवारी मेरी पूरी तरीके ना हल्के उत्ते है ते हल्के नू जे बंदे दा इरादा होवे नीत होवे ते कोई MLA काम करना चाहुंदा होवे ते ऐसा कोई काम नहीं जिहड़ा कीता नहीं जा सकता। हर पक्षों कोई ऐसी कमी नहीं जिहड़ी मेरे हल्के दे लोकां नू किसी तरीके की पिंडां दे विच विकास हो रहा है शहरों के विकास हो रहे हैं हौली हौली शहर तो असं पिंड विकास की तुम सारे मीडिया राही मेरे भरावान राही पूरे एरिए रिपोर्ट दी जाऊ। जम्मू आपका खाता खोल गया की कहो? बहुत बधाई है जी जम्मू कश्मीर आम आदमी पार्टी ने खाता खोलिया है। मैं उम्मीदवार श्री अरविंद केजरीवाल जी ने उन्होंने इस जित उत्ते मैं मुबारक दिनी हाँ। काफ़ी थावान उत्ते आम आदमी पार्टी ने खाता खोलिया जिथे जिथे लोग कबूल करते हैं नवी पार्टी है तो ग्रो कर रही है अच्छी तरह। इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज।